ਵਿੱਚ ਹੋਈ ਸ਼੍ਰੀ ਗੁਰੂ ਸਾਹਿਬ ਦੀ ਮਹਿਤ ਵੀ ਮਾਣ ਨੂੰ ਲੈ ਕੇ ਲਗਾਤਾਰ ਇਹ ਮਾਮਲਾ ਭਖਿਆ ਹੋਇਆ ਹੈਗਾ ਲਗਾਤਾਰ ਕਿਉਂਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਜਿਹੜੀ ਸਿੱਖ ਕੌਮ ਇਨਸਾਫ ਲਈ ਜੂਝ ਰਹੀ ਹੈ ਇਸ ਤੇ ਕਈ ਐਸਆਈਟੀ ਬਣੀਆਂ ਜਾਂਚ ਕਮਿਸ਼ਨ ਬਣੇ ਪਰ ਮਾਮਲਾ ਅਜੇ ਉੱਥੇ ਦਾ ਉੱਥੇ ਹਜੇ ਤੱਕ ਇਹਦਾ ਹੱਲ ਹੁਲਦਾ ਨਹੀਂ ਦਿਸ ਰਿਹਾ ਅਤੇ ਪਿਛਲੇ ਦਿਨ ਹੀ ਜਿਹੜੀ ਆਈਜੀ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਜਾਂਚ ਰੱਦ ਕਰਨ ਤੋਂ ਬਾਅਦ ਨਵੀਂ ਸੈੱਟ ਬਣਾਈ ਗਈ ਸੀ ਉਹਨਾਂ ਵੱਲੋਂ ਵੀ ਜਾਂਚ ਲਗਾਤਾਰ ਜਾਰੀ ਹੈ ਤੇਜ਼ੀ ਲਿਆਈ ਜਾ ਰਹੀ ਹੈ ਪਰ ਦੂਜੇ ਪਾਸੇ ਸਿੱਖ ਸੰਗਤਾਂ ਦੇ ਵਿੱਚ ਹਾਲੇ ਤੱਕ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਗਿਆ ਕਿ 5 ਸਾਲ ਦੇ ਕਰੀਬ ਹੋ ਚੁੱਕੇ ਨੇ ਪਰ ਹਜੇ ਤੱਕ ਇਹਦਾ ਇਨਸਾਫ ਨਹੀਂ ਮਿਲੇਗਾ ਉਸ ਤੋਂ ਲੈ ਕੇ ਲਗਾਤਾਰ ਪਿਛਲੇ ਦਿਨ ਵੀ ਕਈ ਵਾਰ ਜਿਹੜੀ ਹੈਗਾ ਲਗਾਤਾਰ ਸਿੱਖ ਸੰਗਤ ਵੱਲੋਂ ਇਕੱਠੇ ਹੋਇਆ ਗਿਆ ਉਸ ਤਹਿਤ ਹੀ ਪਿਛਲੇ ਦਿਨ ਹੀ ਬਰਗਾੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਇੱਕ ਇਕੱਠ ਰੱਖਿਆ ਗਿਆ ਸੀਗਾ ਪਛਾਤ ਅਫਸਰ ਰੱਖਿਆ ਗਿਆ ਸੀ ਉਹ ਦੇ ਕੇ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ 1 ਮਹੀਨੇ ਦਾ ਸਮਾਂ ਦਿੰਨੇ ਆ ਜੇਕਰ 1 ਮਹੀਨੇ ਸਮੇਂ ਦੇ ਵਿੱਚ ਸਰਕਾਰਾਂ ਨਹੀਂ ਹੱਲ ਕੀਤੀਆਂ 1 ਜੁਲਾਈ ਨੂੰ ਜਿਹੜਾ ਧਰਨਾ ਲੱਗੇਗਾ ਉਸੇ ਤਹਿਤ ਅੱਜ 1 ਜੁਲਾਈ ਹੈ ਜਿਸ ਦੇ ਤਹਿਤ ਅੱਜ ਤੁਸੀਂ ਦੇਖ ਸਕਦੇ ਹੋ ਬਰਗਾੜੀ ਦੇ ਵਿੱਚ ਜਿਸ ਤਰ੍ਹਾਂ ਸਿੱਖ ਉਹਨਾਂ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ ਸਾਡੇ ਵੱਲੋਂ ਧਰਨਾ ਲਗਾਇਆ ਜਾਊਗਾ ਕਦੋਂ ਲਾਇਆ ਜਾਊਗਾ ਕਿੱਥੇ ਲਾਇਆ ਜਾਊਗਾ ਇਹ ਮੌਕਾ ਦੱਸੇਗਾ ਕਿਉਂਕਿ ਉਸ ਤੋਂ ਪਹਿਲਾਂ ਹੀ ਹੈਗਾ ਫਰੀਕੋਟ ਦੀ ਪੁਲਿਸ ਵੱਲੋਂ ਜਿਹੜੀ ਹੈਗੀ ਮੁਸਤੈਦੀ ਉਧਾਰ ਦਿੱਤੀ ਗਈ ਹੈ ਇਹ ਦਿਖਾਉਣਾ ਚਾਹੁੰਦੇ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ 2018 ਦੇ ਵਿੱਚ ਬਰਗਾੜੀ ਮੋਰਚਾ ਲੱਗਾ ਸੀਗਾ ਜਿੱਥੇ ਸਿੰਘ ਮਾਨ ਦੀ ਅਗਵਾਈ ਵਿੱਚ ਜੋ 6 ਮਹੀਨੇ ਚੱਲਿਆ ਸੀਗਾ ਇਸ ਜਗ੍ਹਾ ਦੇ ਉੱਪਰ ਵੀ ਜਿਹੜੀ ਫੋਰਸ ਵਗੈਰਾ ਤਲਾਕ ਕੀਤੀ ਗਈ ਹੈ ਬਰਗਾੜੀ ਦੀ ਗੱਲ ਕੀਤੀ ਜਾਵੇ ਤਾਂ ਸੂਤਰਾਂ ਦੇ ਆਧਾਰ ਤੇ ਜਿਹੜੀ ਜਾਣਕਾਰੀ ਮਿਲੀ ਆ ਵੀ 4 ਥਾਵਾਂ ਦੇ ਉੱਪਰ ਜਿਹੜਾ ਹੈਗਾ ਉਹਨਾਂ ਵੱਲੋਂ ਧਰਨੇ ਲਗਾਉਣ ਦੀ ਪੋਜੀਸ਼ਨ ਹੈਗੀ ਜੀ ਕਿਤੇ ਵੀ ਥਾਂ ਦੇ ਵਿੱਚ ਵੀ ਧਾਰਾ ਲੱਗ ਸਕਦਾ ਕਿਉਂਕਿ ਪਿਛਲੀ ਦਿਨੀ ਸ਼੍ਰੀ ਜੀ ਦੇ ਮਾਨ ਵੱਲੋਂ ਐਲਾਨ ਕੀਤਾ ਗਿਆ ਸੀਗਾ ਵੀ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਸੰਘਰਸ਼ ਕੀਤਾ ਜਾ ਰਿਹਾ ਹੈਗਾ ਅਤੇ ਮੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਦੋਸ਼ੀ ਨੇ ਅਸਲ ਉਹਨਾਂ ਦੇ ਸਾਖਾ ਵਿੱਚ ਹੋਣਾ ਚਾਹੀਦਾ ਦੂਜੇ ਪਾਸੇ ਨਵੀਂ ਐਸਆਈਟੀ ਕੋਟਕਪੁਰਾ ਗੋਲੀਕਾਂਡ ਦੀ ਅਤੇ ਬਹਿਬਲਗਰਾ ਗੋਲੀਕਾਂਡ ਦੀ ਜਿਹੜੀ ਜਾਂਚ ਕਰ ਰਹੀ ਹੈ ਲਗਾਤਾਰ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕੱਲ੍ਹ ਨੂੰ ਵੀ ਜਿਹੜਾ ਫਰੀਦਕੋਟ ਦੇ ਵਿੱਚ ਕੁਝ ਸਿੱਖ ਆਗੂ ਨੇ ਜਾਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੀ ਪੁੱਛਗਿੱਛ ਜਾ ਰਹੀ ਹੈ ਪਰ ਦੂਜੇ ਪਾਸੇ ਅੱਜ ਦਾ ਜਿਹੜਾ ਟਾਈਮ ਦਿੱਤਾ ਗਿਆ ਸੀ ਉਹ ਪੂਰਾ ਹੋ ਗਿਆ ਤੇ ਜਿਹੜਾ ਲਗਾਤਾਰ ਹੀ ਪੁਲਿਸ ਵੀ ਅਲਰਟ ਹੈਗੀ ਹੈ ਕਿ ਕਿਸੇ ਸਮੇਂ ਜਿਹੜਾ ਕਿਹਾ ਜਾ ਰਿਹਾ ਕਿ ਅੱਜ 11 ਵਜੇ ਦੇ ਕਰੀਬ ਜਿਹੜਾ ਬਰਗਾੜੀ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਸਿੱਖ ਸੰਗਤ ਇਕੱਠੀਆਂ ਹੋਣਗੀਆਂ ਉਸ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਸੀ ਕਿ ਅਸੀਂ ਧਰਨਾ ਲਾਵਾਂਗੇ ਬੈਠਾਂਗੇ ਜ਼ਰੂਰ ਇਹ ਨਹੀਂ ਪਤਾ ਕਿੱਥੇ ਬੈਠਾਂਗੇ ਤੇ ਕਦੋਂ ਬੈਠਾਂਗੇ ਕਿਉਂਕਿ ਉਹਨਾਂ ਦੇ ਇਹੀ ਕਹਿਣਾ ਸੀ ਮਾਨ ਦਾ ਕੋਈ ਗਾਈਡ ਉਹਨੇ ਕਹੀ ਕਿਹਾ ਸੀਗਾ ਕਿ ਹੋ ਸਕਦਾ ਕਿ ਪੁਲਿਸ ਨੂੰ ਪਹਿਲਾਂ ਹੀ ਮੌਕੇ ਤੇ ਚੁੱਕ ਲੈ ਜਾਂ ਉੱਥੇ ਤਾਰਾ ਲਾ ਦੇ ਇਸ ਕਾਰਨ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਸੀਗਾ ਉਹਨਾਂ ਕਹਿਣਾ ਕਿ ਸੀ ਅਸੀਂ ਮੌਕੇ ਦੇ ਉੱਪਰ ਹੀ ਇਹਦਾ ਖੁਲਾਸਾ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਰਾਤ ਤੋਂ ਜਿਹੜੇ ਫਰੀਦਕੋਟ ਪੁਲਿਸ ਜਿਹੜੀ ਅਲਰਟ ਹੈਗੀ ਉਹਨਾਂ ਵੱਲੋਂ ਲਗਾਤਾਰ ਮੁਸਤੈਦੀ ਕੀਤੀ ਜਾ ਰਹੀ ਹੈ ਤੇ ਜਿਹੜੇ ਥਾਂ ਥਾਂ ਦੇ ਜਿੱਥੇ ਉਹਨਾਂ ਨੂੰ ਸ਼ੱਕ ਹੈ ਕਿ ਇੱਥੇ ਬੈਠ ਸਕਦੇ ਉੱਥੇ ਪੁਲਿਸ ਫੋਰਸ ਦੀ ਪੁਲਿਸ ਫੋਰਸ ਤਨਾਤ ਕਰ ਦਿੱਤੀ ਗਈ ਹੈ ਤੇ ਹੁਣ 11 ਵਜੇ ਤੋਂ ਬਾਅਦ ਜਿਹੜਾ ਹੋ ਸਕਦਾ ਵੀ ਹੁਣ ਜਿਹੜੇ ਸ਼੍ਰੀਮਤ ਮਾਨ ਦੇ ਆਗੂ ਨੇ ਜਸਕਾਰ ਸਿੰਘ ਕਾਂਸ ਵਾਲਾ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਅੱਜ ਧਰਨੇ ਤੇ ਬੈਠਾਂਗੇ ਉਹ ਹੋਣ ਵਾਲਾ ਸਮਾਂ ਹੋਵੇਗਾ ਕਿਉਂਕਿ ਇੱਕ ਮਹੀਨੇ ਦਾ ਟਾਈਮ ਜਿਹੜਾ ਅਲਟੀਮੇਟ ਦਿੱਤਾ ਗਿਆ ਉਹਨਾਂ ਕਹਿਣਾ ਸੀ ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ 6 ਮਹੀਨੇ ਦੇ ਵਿੱਚ ਜਿਹੜੀ ਹੈਗੀ ਆ ਐਸਆਈਟੀ ਨੂੰ ਜਾਂਚ ਕਰਕੇ ਸਾਹਮਣੇ ਲਿਆਉਣੀ ਪਊਗੀ ਤੇ ਦੂਜੇ ਪਾਸੇ ਜਿਹੜੇ ਸਿੱਖ ਕੌਮ ਹੈ ਜਲਦੀ ਮੰਗ ਕਰੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਲੈਕਸ਼ਨ ਆਉਣ ਵਾਲੇ ਆ ਕੋ ਚੋਣ ਜਾਬਤਾ ਲੱਗ ਗਿਆ ਤੇ ਉਹ ਕਿਤੇ ਨਾ ਕਿਤੇ ਫੇਰ ਵਿਚਾਲੇ ਹੀ ਮਾਮਲਾ ਲੜਕ ਜੂਗਾ ਕਿਉਂਕਿ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਸੀ ਉਹਨਾਂ ਵੱਲੋਂ ਇਹ ਵਾਅਦੇ ਕੀਤੇ ਗਏ ਸਨ ਕਿ ਅਸੀਂ ਬੇਅਦਬੀ ਦਾ ਇਨਸਾਫ ਦੇਵਾਂਗੇ ਇਸ ਨੂੰ ਲੈ ਕੇ ਜਿਹੜਾ ਸਰਕਾਰ ਹੈ ਪ੍ਰਤੀ ਵੀ ਕਿਤੇ ਨਾ ਕਿਤੇ ਰੋਸ ਹੈ ਜੋ ਅੱਜ ਚੱਲਦਾ ਹੈ ਉਹ ਸਾਡੇ ਅੱਜ ਵੇਖੋ ਕਿੰਨੇ ਸਿੱਖ ਸਾਹਿਬ ਨੌਜਵਾਨ ਸਾਹਮਣੇ ਆਉਂਦੇ ਆ ਪਰ ਹੋਰ ਆਗੂ ਕਿੰਨੇ ਸਾਹਮਣੇ ਆਉਂਦੇ ਕਿੱਥੇ ਧਾਰਾ ਲੱਗਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਫਰੀਦਕੋਟ ਤੋਂ ਜਗਬਾਣੀ ਟੀਵੀ ਲਈ ਜਗਤਾਰ ਦਸਾਂਝ।